ਤਿੰਨ ਬਾਈਕ ਸਵਾਰਾਂ ਦੇ ਵੱਲੋਂ ਇੱਕ ਕਾਰੋਬਾਰੀ ਦੇ ਘਰ ਫਾਇਰਿੰਗ ਕੀਤੀ ਗਈ। ਲੋਹਾ ਮੰਡੀ ਗੋਬਿੰਦਗੜ੍ਹ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਬਾਈਕ ਸਵਾਰਾਂ ਦੇ ਵੱਲੋਂ ਇੱਕ ਕਾਰੋਬਾਰੀ ਦੇ ਘਰ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ। ਦੱਸ ਦਈਏ ਕਿ ਘਰ ਦੇ ਵਿੱਚ ਮਾਸੂਮ ਬੱਚੀਆਂ ਨੇ ਜਿਨ੍ਹਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਸੀਸੀਟੀਵੀ ਦੇ ਵਿੱਚ ਇਹ ਤਿੰਨ ਬਦਮਾਸ਼ ਕੈਦ ਹੋਏ ਨੇ ਜਿਨ੍ਹਾਂ ਦੇ ਵੱਲੋਂ ਘਰ 'ਤੇ ਫਾਇਰਿੰਗ ਕੀਤੀ ਗਈ। ਸ਼ੀਸ਼ੇ ਵਿੱਚੋਂ ਦੀ ਗੋਲੀ ਲੰਘੀ ਅਤੇ ਡਰਾਇੰਗ ਰੂਮ ਦੇ ਵਿੱਚ ਜਾ ਕੇ ਵੱਜੀ। ਗਣੀਮਤ ਰਹੀ ਕਿ ਉਸ ਵੇਲੇ ਡਰਾਇੰਗ ਰੂਮ ਦੇ ਵਿੱਚ ਕੋਈ ਵੀ ਬੱਚਾ ਜਾਂ ਘਰ ਦਾ ਕੋਈ ਹੋਰ ਮੈਂਬਰ ਮੌਜੂਦ ਨਹੀਂ ਸੀ, ਇਸ ਕਰਕੇ ਬਚਾ ਰਿਹਾ। ਮੰਡੀ ਗੋਬਿੰਦਗੜ੍ਹ ਦਾ ਇਹ ਪੂਰਾ ਮਾਮਲਾ ਹੈ। ਜਾਣਕਾਰੀ ਮੁਤਾਬਿਕ ਘਰ ਦੀਆਂ ਬੱਚੀਆਂ ਟਿਊਸ਼ਨ 'ਤੇ ਜਾਂਦੀਆਂ ਨੇ ਔਰ ਕੁਝ ਮੁੰਡੇ ਉਹਨਾਂ ਨੂੰ ਛੇੜਦੇ ਸੀ। ਮਾਮਲਾ ਥਾਣੇ ਤੱਕ ਪਹੁੰਚ ਗਿਆ ਤਾਂ ਇਸ ਪਰਿਵਾਰ ਦੀਆਂ ਕੁੜੀਆਂ ਦੇ ਵੱਲੋਂ ਆਪਣੇ ਬਿਆਨ ਵਾਪਸ ਲਏ ਗਏ। ਫਿਰ ਵੀ ਇਹਨਾਂ ਬਦਮਾਸ਼ਾਂ ਦੇ ਵੱਲੋਂ ਘਰ ਦੇ ਵਿੱਚ ਫਾਇਰ ਕੀਤੇ ਗਏ। ਗਣੀਮਤ ਰਹੀ ਕਿ ਬਚਾ ਰਿਹਾ। ਦੱਸ ਦਈਏ ਕਿ ਤਿੰਨ ਬਾਈਕ 'ਤੇ ਸਵਾਰ ਇਹ ਨੌਜਵਾਨ ਸੀ ਔਰ ਇੱਕ ਗੱਡੀ ਸਵਿਫਟ ਉਹ ਵੀ ਅੱਗੇ ਖੜੀ ਸੀ। ਪਹਿਲਾਂ ਵੀ ਕਈ ਵਾਰ ਇਹਨਾਂ ਨੇ ਗਲੀਆਂ ਦੇ ਵਿੱਚ ਗੇੜੀਆਂ ਮਾਰੀਆਂ, ਫਿਰ ਆਖਿਰਕਾਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਤਾਂ ਦੂਜੇ ਪਾਸੇ ਪੁਲਿਸ ਦੇ ਵੱਲੋਂ ਸੀਸੀਟੀਵੀ ਤਸਵੀਰਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਇਹਨਾਂ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ। ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਹਨਾਂ ਨੌਜਵਾਨਾਂ ਨੂੰ ਪੁਲਿਸ ਗ੍ਰਿਫਤਾਰ ਕਰਕੇ ਸਬਕ ਸਿਖਾਉਂਦੀ ਹੈ। ਬੱਚੇ ਘਰੇ ਸੀਗੇ ਪਰਿਵਾਰ ਸਾਰਾ, ਅਤੇ ਉਹ ਮਲੇ 'ਚ ਮਤਲਬ 6 ਵਜੇ ਤੋਂ 6:30 ਵਜੇ ਦੇ ਵਿੱਚ ਮਤਲਬ ਇਹ ਲਗਾਤਾਰ ਗੇੜੇ ਮਾਰ ਰਹੇ ਸੀ ਅਤੇ ਸਾਨੂੰ ਪਤਾ ਨਹੀਂ, ਸਾਨੂੰ ਇਹਦੇ ਬਾਰੇ ਕੋਈ, ਸਾਡੇ ਕਿਸੇ ਨਾਲ ਕੋਈ ਲੜਾਈ ਝਗੜਾ ਹੈ ਨਹੀਂ ਸੀ ਇਹਦੇ ਬਾਰੇ। ਅਤੇ ਉਹ 3 ਵਾਰ ਉਹਨਾਂ ਨੇ ਪਹਿਲਾਂ 2 ਵਾਰ ਗੋਲੀ ਟਰਾਈ ਕਰੀ ਬੱਚਿਆਂ 'ਤੇ, ਉਦੋਂ ਮਿਸ ਹੋ ਗਏ ਕਿਸੇ ਕਾਰਨ। 3ਵੀਂ ਵਾਰ ਉਹਨਾਂ ਨੇ ਗੋਲੀ ਚਲਾਈ, ਉਹ ਗੇਟ ਦੇ ਵਿੱਚ ਲੰਘ ਕੇ ਸ਼ੀਸ਼ਾ ਪਾੜ ਕੇ ਉਹ ਕੰਧ 'ਚ ਵੱਜੀ। ਬੱਚੇ ਕੁਦਰਤੀ ਉਸ ਟਾਈਮ ਅੰਦਰ ਚਲੇ ਗਏ ਅਤੇ ਉਹਨਾਂ ਨੇ ਨਾਲ ਉਹਨਾਂ ਕੋਲ 3 ਬੰਦੇ ਸੀਗੇ ਜਿਨ੍ਹਾਂ ਨੇ ਗੋਲੀ ਚਲਾਈ ਆ। ਮੋਟਰਸਾਈਕਲ 'ਤੇ ਸੀਗੇ, ਇੱਕ ਗੱਡੀ ਅੱਗੇ ਖੜੀ ਸੀ ਅਤੇ ਮੋਟਰਸਾਈਕਲ 'ਤੇ ਵੀ 1 ਬੰਦੇ ਸੀ। ਅਤੇ ਕਿੰਨੇ ਬਾਈਕ ਸਵਾਰ ਸੀਗੇ? ਬਾਈਕ 'ਤੇ ਜਿਨ੍ਹਾਂ ਨੇ ਗੋਲੀ ਚਲਾਈ ਉਸ ਟਾਈਮ ਉਹ 3 ਜਣੇ ਸੀ। ਉਹ ਵੀ ਬਾਈਕ ਨਾਲ ਸੀ ਉਹਨਾਂ ਦੇ? ਅੱਗੇ ਖੜੇ ਸੀਗੇ ਉਹਨਾਂ ਨੂੰ ਰੈਕੀ ਕਰਨ ਵਾਸਤੇ ਜਾਂ ਸਵਿਫਟ ਗੱਡੀ 'ਤੇ, 1 ਬੰਦੇ ਅਣਪਛਾਤੇ ਉਸ ਟਾਈਮ ਗਲੀ 'ਚ ਮੌਜੂਦ ਸੀਗੇ। ਉਸੇ ਟਾਈਮ ਆਏ ਸੀ, ਗੋਲੀ ਚੱਲਣ ਤੋਂ ਬਾਅਦ ਭੱਜ ਗਏ ਉਹ। ਕਿੰਨੀ ਫਾਇਰ ਕੀਤੀ ਜੀ? ਉਹਨਾਂ ਨੇ 2 ਵਾਰ ਪਹਿਲਾਂ ਟਰਾਈ ਕਰੀ ਸੀ, ਉਹ ਸਾਨੂੰ ਮਤਲਬ ਕੈਮਰੇ 'ਚ ਸਾਨੂੰ ਪਤਾ ਨਹੀਂ ਸੀਗਾ, ਕਿਉਂਕਿ ਜਦ ਗੋਲੀ ਚੱਲੀ ਆ ਉਦੋਂ ਵੀ ਸਾਨੂੰ ਐਂ ਲੱਗਿਆ ਕਿ ਬਾਹਰੋਂ ਕੋਈ ਚੀਜ਼ ਦਾ ਪਟਾਕਾ ਜਾਂ ਕੋਈ ਚੀਜ਼ ਦਾ ਉਹ ਆਇਆ। ਸਾਨੂੰ ਇਹਦੇ ਬਾਰੇ ਪਤਾ ਨਹੀਂ ਸੀਗਾ ਕਿ ਗੋਲੀ ਚੱਲੀ ਆ ਉਸ ਟਾਈਮ। ਕਿਸੇ ਨੂੰ ਕੋਈ ਨੁਕਸਾਨ ਤਾਂ ਨਹੀਂ? ਨੁਕਸਾਨ ਕੋਈ ਨਹੀਂ, ਬਚ ਗਿਆ ਜੀ ਬੱਚੇ ਕੁਦਰਤੀ, ਮਤਲਬ ਉਸ ਟਾਈਮ ਜੋਧਬੱਤੀ ਕਰਨ ਲਈ ਗੁੜੀਆ ਚੱਲ ਗਈ ਅੰਦਰ, ਉਹ ਗੁੜੀਆ ਦਾ ਹੀ ਟਾਰਗੇਟ ਸੀ ਕਿਉਂਕਿ ਗੁੜੀਆ ਨੇ ਪਹਿਲਾਂ ਕਿਸੇ ਵਿਰੁੱਧ ਕੰਪਲੇਂਟ ਕਰੀ ਸੀ ਅਤੇ ਉਹ ਉਹਨਾਂ ਨੂੰ ਛੇੜਛਾੜ ਕਰਦੇ ਸੀ। ਉਹ ਅਸੀਂ ਉਹਨੇ ਪਰਸੋਂ ਹੀ ਉਹ ਬਿਆਨ ਵਾਪਸ ਲਿਆ ਕਿ ਚਲੋ ਸਾਡੀ ਗੁੜੀਆ ਵੱਲੋਂ ਸੀ, ਉਹ ਬਿਆਨ ਵਾਪਸ ਲੈਂਦੇ ਹਾਂ। ਉਹਨਾਂ ਦੇ 26 ਦਾ ਪਰਚਾ ਹੋਇਆ ਸੀ, ਉਹਨਾਂ ਨੇ ਰਜਨੀਸ਼ ਦਾ ਹੱਥ ਵੱਢਿਆ ਸੀ ਇੱਕ ਬੰਦੇ ਦਾ, ਉਹ ਸਾਡੇ ਨਾਲ ਲੜਨ ਆਏ ਸੀ ਪਰ ਰਜਨੀਸ਼ ਦਾ ਹੱਥ ਵੱਢਣ ਕਰਕੇ ਅਸੀਂ ਕਿਹਾ ਕਿ ਅਸੀਂ ਸਾਨੂੰ ਡਰ ਲੱਗਦਾ ਬੱਚਿਆਂ 'ਤੇ ਕਾਰਵਾਈ ਨਾ ਹੋਵੇ। ਅਸੀਂ ਵਾਪਸ ਪਰਸੋਂ ਹੀ ਵਾਲੇ ਲੈ ਕੇ ਗਏ ਹਾਂ ਅਤੇ ਅੱਜ ਉਹਨਾਂ ਨੇ ਕਾਰਵਾਈ ਕਰਾਤੀ। ਇਹ ਪੁਰਾਣੀ ਕੋਈ ਨਹੀਂ, ਗੁੜੀਆਂ ਨੂੰ ਬੱਚੇ ਜਾਂਦੇ ਟਿਊਸ਼ਨ, ਮੇਰੀ ਗੁੜੀਆ 13-14 ਸਾਲ ਦੀ ਆਈ, ਉਹਨਾਂ ਨੂੰ ਤੰਗ ਕਰਦੇ ਸੀ। ਅਸੀਂ ਕੰਪਲੇਂਟ ਦਿੱਤੀ, ਪਹਿਲਾਂ ਸਮਝੌਤਾ ਆਇਆ, 2ਵਾਰ ਫਿਰ ਦੁਬਾਰਾ ਕੰਪਲੇਂਟ ਦਿੱਤੀ, ਅਸੀਂ ਫਿਰ ਵੀ ਬਿਆਨ ਵਾਪਸ ਲੈ ਲਿਆ ਕਿ ਚਲੋ ਗੁੜੀਆਂ ਛੋਟੀਆਂ ਨੇ, ਉਹਨਾਂ ਨੂੰ ਥਾਣੇ 'ਚ ਆਉਣਾ ਵਧੀਆ ਨਹੀਂ ਲੱਗਦਾ। ਅਤੇ ਪਰ ਹੁਣ ਸਾਡੇ ਮਨ 'ਚ ਨਹੀਂ ਸੀਗਾ, ਚਲੋ ਨਿਬੜ ਗਈ ਸਾਰੇ ਜਾਣੀ, ਉਹਨਾਂ ਦੇ ਭੇਜ ਦਿੱਤੇ ਸਾਰੀ ਸੀਸੀਟੀਵੀ, ਪੂਰੇ ਮੁਹੱਲੇ ਦੀ ਫੁਟੇਜ ਵਗੈਰਾ ਸਾਰਾ ਕੁਝ ਅਸੀਂ ਰਿਕਾਰਡਿੰਗਾਂ ਚੈੱਕ ਕਰਕੇ ਜਿੰਨੇ ਵੀ ਪੈਨ ਡਰਾਈਵ 'ਚ ਪਾ ਕੇ ਇਹਨਾਂ ਨੂੰ ਸਾਰੇ ਡਾਟਾ ਪਹਿਲਾਂ ਵਟਸਐਪ ਵੀ ਭੇਜਤਾ, ਹੁਣ ਪੈਨ ਡਰਾਈਵ 'ਚ ਦੇ ਰਹੇ ਹਾਂ ਜੀ। ਹਾਂ ਜੀ, ਕਿਉਂਕਿ ਮੇਰਾ ਹੋਰ ਭਾਅ ਜੀ ਕਿਸੇ ਨਾਲ ਕਿਸੇ ਤਰ੍ਹਾਂ ਦਾ ਕੋਈ ਮਾੜਾ ਮੋਟਾ ਬਹਿਸ ਵੀ ਨਹੀਂ ਹੋਈ ਜੀ ਕਿਸੇ ਵੀ, ਆ ਪੂਰੇ ਸਾਲ 'ਚ ਨਾ ਕਿਸੇ ਨਾਲ ਕੋਈ ਪੁਰਾਣੀ ਰੰਜੀ ਚੱਲਦੀ ਹੈ ਜੀ। ਹੁਣ ਦੀ ਉਹ ਗੱਲ ਵਾਲੇ ਪਰਸੋਂ ਹੀ ਬਿਆਨ ਵਾਪਸ ਲੈ ਕੇ ਹਟੇ ਆ। ਇਨਫੋਰਮੇਸ਼ਨ ਮਿਲੀ ਹੈ ਸਾਨੂੰ ਔਰ ਮੌਕਾ ਦੇਖ ਕਰਕੇ DSP ਸਾਹਿਬ ਔਰ SHO ਨੇ ਮੌਕਾ ਦੇਖ ਲਿਆ ਹੈ,
ਔਰ ਮੌਕੇ ਮੁਤਾਬਿਕ ਆਪਾਂ ਕਾਰਵਾਈ ਕਰਾਂਗੇ। ਜਿਹੜੇ ਬੰਦੇ ਇਸਦੇ ਵਿੱਚ ਜੇ ਇਨਵੋਲਵ ਹੋਏ ਆਪਾਂ ਸਾਰੀ CCTV ਫੁਟੇਜ ਨੂੰ ਪਹਿਲੇ ਵੈਰੀਫਾਈ ਕਰ ਲਈ, ਜੇ ਉਹ ਗੱਲ ਵੈਰੀਫਾਈਡ ਹੁੰਦੀ ਹੈ ਉਹਦੇ ਬਾਅਦ ਪਰਚਾ ਵੀ ਦਿੱਤਾ ਜਾਊਗਾ ਔਰ ਜਿਹੜੇ ਕਰਨ ਵਾਲੇ ਬੰਦੇ ਆ ਉਹਨਾਂ ਨੂੰ ਨਹੀਂ ਛੱਡਿਆ। ਮੌਕਾ ਵਾਰਦਾਤ ਸਾਨੂੰ ਲੱਗਦਾ ਜੀ ਅਸੀਂ ਸਾਇੰਟੀਫਿਕ ਢੰਗ ਨਾਲ ਆਪਾਂ ਵੈਰੀਫਾਈ ਕਰਾ ਲਈਏ ਕਿ ਜਿਹੜੀ ਚੀਜ਼ ਆਪਾਂ ਅੱਖੋਂ ਦੇਖਦੇ ਹਾਂ ਉਸ ਚੀਜ਼ ਨੂੰ ਆਪਾਂ ਜਿਹੜਾ ਐਕਸਪਰਟ ਨੂੰ ਬੁਲਾ ਕਰਕੇ ਇੱਕ ਵਾਰ ਚੈੱਕ ਕਰ ਲਈਏ, ਜਦੋਂ ਉਹ ਵੈਰੀਫਾਈ ਹੁੰਦੀ ਹੈ ਆਪਾਂ ਉਸਦੇ ਮੁਤਾਬਿਕ ਪਰਚਾ ਦੇ।